ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਜਿਹੜਾ ਮੁੱਦਾ ਹੈ ਇਹ ਕਾਫੀ ਜਿਹੜਾ ਗਰਮਾਇਆ ਹੋਇਆ ਲੱਗਦਾ। ਆਏ ਸਾਲ ਜਿਹਨੂੰ ਨੂੰ ਪਰਾਲੀ ਨੂੰ ਅੱਗ ਲਾਉਣ ਦੀ ਜਿਹੜੀ ਰੋਕਥਾਮ ਵਾਸਤੇ ਸਰਕਾਰਾਂ ਵੱਲੋਂ ਬੜੇ ਉਪਰਾਲੇ ਕੀਤੇ ਜਾਂਦੇ ਨੇ ਵੀ ਇਹ ਮਸ਼ੀਨਾਂ ਦਿੱਤੀਆਂ ਕੋਈ ਟੈਕਨੀਕਲੀ ਕੀਤਾ ਹੈ। ਤੁਹਾਨੂੰ ਇਹ ਦਿਖਾ ਦਈਏ ਵੀ ਇੱਥੇ ਜਿਹੜੇ ਆਹ ਉਦੋਂ ਕਿਸਾਨਾਂ ਵੱਲੋਂ ਕਈ ਜਿਹੜੇ ਕੋਲਣ ਵਾਲੀ ਪਿੰਡ ਦੇ ਵਿੱਚ ਹੈ ਜਿਹੜੀ ਆਹ ਇੱਕ ਮਿਲਚਿੰਗ ਕਰਕੇ ਜਿਹੜੀ ਕਣਕ ਜਿਹੜੀ ਪਰਾਲੀ ਦੇ ਵਿੱਚ ਹੀ ਜਿਹੜੀ ਕਣਕ ਉੱਗਰੀ ਹੋਈ ਹੈ। ਇਹਨਾਂ ਨੇ ਬੀਜੀ ਨੂੰ ਕਾਫੀ ਟਾਈਮ ਹੋ ਗਿਆ, ਇਹਨਾਂ ਮੁਤਾਬਕ ਜਿਹੜਾ ਇਹਦੇ ਵਿੱਚ ਕੋਈ ਖਰਚਾ ਨਹੀਂ ਆਉਂਦਾ। ਜਿਹੜੀ ਪਰਾਲੀ ਦੇ ਉਵੇਂ ਦੀ ਉਵੇਂ ਵਿੱਚ ਜਿਹੜੇ ਢੇਰ ਲੱਗੇ ਹੋਏ ਆ, ਨੀਚੇ ਜਿਹੜੀ ਕਣਕ ਹੈ ਉਹਦੇ ਵਿੱਚ ਆਪੇ ਉੱਗਰ ਕੇ ਜਿਹੜੀ ਉੱਤੋਂ ਤੱਕ ਆ ਜਾਂਦੀ ਹੈ। ਅਤੇ ਜ਼ਿਆਦਾ ਖਰਚਾ ਇੱਕ ਅੱਗ ਲਾਉਣ ਨਾਲ ਪ੍ਰਦੂਸ਼ਣ ਤੋਂ ਬਚਾਅ ਹੁੰਦਾ। ਇਸ ਪਿੰਡ ਦੇ ਕਾਫੀ ਇਹਨਾਂ ਦੱਸਣ ਦਾ ਵੀ ਕਾਫੀ ਕਿਸਾਨਾਂ ਨੇ ਜਿਹੜੀ ਅੱਗ ਨਹੀਂ ਲਾਈ, ਪਿਛਲੇ ਸਾਲ ਵੀ ਇਹਨਾਂ ਨੇ ਟ੍ਰੇਲ ਕੀਤਾ ਸੀਗਾ, ਉੱਥੋਂ ਵੀ ਇਹ ਕਹਿੰਦੇ ਜਿਹੜੀ ਵਧੀਆ ਝਾੜ ਕਣਕ ਦਾ ਰਿਹਾ ਸੀਗਾ। ਇਸ ਵਾਰ ਇਹਨਾਂ ਨੇ ਕਾਫੀ ਜਿਹੜਾ ਆਪਦਾ ਏਰੀਆ ਦੂਜੇ ਕਿਸਾਨਾਂ ਨੇ ਆਹ ਇੱਕ ਜਿਹੜੀ ਤਕਨੀਕ ਨਾਲ ਜਿਹੜੀ ਕਣਕ ਕੀਤੀ ਆ ਤੁਹਾਡੇ ਸਾਹਮਣੇ ਖੜੀ ਆ, ਦੇਖੋ ਜੀ ਇਸ ਟਾਈਮ ਜਿਹੜੀ ਵਧੀਆ ਜਿਹੜੀ ਕਣਕ ਨਜ਼ਰ ਆ ਰਹੀ ਨੇ। ਸਾਡੇ ਨਾਲ ਜਿਹੜੇ ਕਿਸਾਨ ਹੈ ਉਹਨਾਂ ਤੋਂ ਪੁੱਛ ਲੈਂਦੇ ਹਾਂ ਵੀ ਕਿੰਨਾ ਕੁ ਜਿਹੜਾ ਖਰਚਾ ਹੈ ਇਹਦਾ ਕਣਕ ਦਾ ਆਉਂਦਾ, ਜਿਸ ਨਾਲ ਜਿਹੜੇ ਕੀਤੀ ਹੈ ਅਤੇ ਕਿੰਨਾ ਕੁ ਇਹਦਾ ਜਿਹੜਾ ਖਰਚਾ ਲੱਗਦਾ ਅਤੇ ਕੀ ਕੁਛ ਮੰਨ ਲਓ ਇਹਦਾ ਕਰਨਾ ਪੈਂਦਾ, ਕੀ ਬਾਈ ਤੁਸੀਂ ਕਿੰਨੇ ਕਿੱਲੇ ਕੀਤੀ ਹੈ ਅਤੇ ਕੀ ਉਹਨੇ ਕਿਸ ਤਰੀਕੇ ਤਕਨੀਕ ਨਾਲ? ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਪਿਛਲੇ ਵਾਰ ਵੀ 1.5 ਏਕੜ ਦਾ ਤਜਰਬਾ ਕਰਕੇ ਦੇਖਿਆ ਸੀਗਾ ਮਲਚਿੰਗ ਵਾਲੀ ਕਣਕ ਦਾ, ਔਰ ਉਸਦਾ ਮਤਲਬ ਬਹੁਤ ਬੈਨੀਫਿਟ ਰਿਹਾ। ਪਹਿਲੀ ਗੱਲ ਤਾਂ ਇਹ ਹੈ ਕਿ ਖਰਚਾ ਬਹੁਤ ਘੱਟ ਆਉਂਦਾ, ਸਿਰਫ 350-400 ਰੁਪਇਆ ਕਿੱਲੇ ਦਾ ਖਰਚਾ ਆਇਆ, ਜੋ ਕਿ ਡੀਜ਼ਲ ਦਾ ਆਉਣਾ, ਰੀਪਰ ਮਾਰਨਾ, ਰੀਪਰ ਆਪਦਾ ਸੀਗਾ, ਟਰੈਕਟਰ ਆਪਦਾ ਸੀਗਾ, ਅਤੇ ਕੋਈ ਖਰਚਾ ਨਹੀਂ ਹੈ। ਕਰਨਾ ਕੀ ਹੈ, ਸਿੰਪਲ, ਜਿਸ ਦਿਨ ਮੰਨ ਲਓ ਝੋਨਾ ਵੱਢਿਆ ਗਿਆ, ਉਸ ਤੋਂ 1-2 ਦਿਨ ਬਾਅਦ ਜੇ ਜਿੱਥੇ ਕਿਤੇ ਜ਼ਿਆਦਾ ਪਰਾਲੀ ਹੁੰਦੀ ਹੈ ਉਹਨੂੰ ਖਿਲਾਰ ਲਓ, ਉਹਨੂੰ ਇੱਕ ਕਿਸੇ ਵੀ ਚੀਜ਼ ਨਾਲ ਆਪਦਾ ਹੱਥਾਂ ਨਾਲ ਖਿਲਾਰ ਲਓ, ਚਾਹੇ ਕਿਸੇ ਤਰੰਗਲੀ ਨਾਲ ਖਿਲਾਰ ਕੇ ਇੱਕੋ ਜਿਹੀ ਕਰ ਲਓ, ਇੱਕੋ ਜਿਹੀ ਕਰਕੇ ਉਸਨੂੰ ਇਸ ਤੋਂ ਬਾਅਦ ਸਿੰਪਲ ਇੱਕ ਛੱਟਾ ਦੇ ਦੇਣਾ, ਜੋ ਕਿ ਅਸੀਂ 50 ਕਿਲੋ ਕਣਕ ਦਾ ਛੱਟਾ ਦਿੱਤਾ ਹੈ ਅਤੇ 50 ਕਿਲੋ ਹੀ ਵਿੱਚ DAP ਪਾਈ ਹੈ। ਦੋਨੋਂ ਚੀਜ਼ਾਂ ਰਲਾ ਕੇ ਛੱਟਾ ਦੇ ਦਿਓ, ਦੂਰਾ ਛੱਟਾ ਦੇ ਸਕਦੇ ਹੋ ਕਿਉਂਕਿ ਦੋਨਾਂ ਪਾਸੋਂ ਫਿਰ ਵਧੀਆ ਕਣਕ ਰਲ ਜਾਂਦੀ ਹੈ। ਇਸ ਤੋਂ ਬਾਅਦ ਸਿੰਪਲ ਅਸੀਂ ਤਾਂ ਰੀਪਰ ਮਾਰਿਆ, ਕਿਉਂਕਿ ਇਸ ਵਾਰ ਸਾਡੇ ਕੋਲ ਸਫ਼ਰ ਸੁਪਰ ਦੀ ਸਬਸਿਡੀ ਨਹੀਂ ਆਈ ਸੀਗੀ, ਜੇ ਹੁੰਦਾ ਤਾਂ ਅਗਲੀ ਵਾਰੀ ਤਾਂ ਉਹੀ ਯੂਜ਼ ਕਰਾਂਗੇ, ਪਰ ਸਿੰਪਲ ਇੱਕ ਛੱਟਾ ਦੇ ਕੇ ਉਸ ਤੋਂ ਬਾਅਦ ਰੀਪਰ ਮਾਰ ਕੇ ਉਸ ਤੋਂ ਬਾਅਦ ਇਹਨੂੰ ਪਾਣੀ ਲਗਾ ਦਿੱਤਾ ਜਾਂਦਾ, ਬਸ ਇੰਨਾ ਹੀ ਪ੍ਰੋਸੀਜਰ ਹੈ ਜੀ ਇਹਦਾ। ਝਾੜ ਦਾ ਕਿਵੇਂ ਰਹਿੰਦਾ? ਜ਼ਿਆਦਾਤਰ ਕਹਿੰਦੇ ਵੀ ਉੱਗਰਦੇ ਨਹੀਂ, ਝਾੜਦੇ ਵੱਲ ਨਹੀਂ? ਉੱਗਰੀ ਦਾ ਤੁਸੀਂ ਦੇਖ ਸਕਦੇ ਹੋ, ਉੱਗਰੀ ਬਹੁਤ ਵਧੀਆ, ਕੋਈ ਇਹਦੇ 'ਚ ਪ੍ਰੋਬਲਮ ਨਹੀਂ ਆਉਂਦੀ ਉੱਗਣ 'ਤੇ, ਸਗੋਂ ਦੂਜੀਆਂ ਕਣਕਾਂ ਦਾ ਹੁੰਦਾ ਕਿ ਉਹ ਰਹਿ ਜੂਗੀ ਇੱਕ ਅੱਧਾ ਦਾਣਾ, ਇਹ ਤਾਂ ਇੱਕ ਦਾਣਾ ਉੱਗੂਗਾ ਜੀ, ਕੋਈ ਵੀ ਦਾਣਾ ਨਹੀਂ ਰਹਿੰਦਾ, ਕਿਉਂਕਿ ਸਿੱਲ ਫੜ ਜਾਂਦੀ ਹੈ, ਉੱਪਰ ਪਰਾਲੀ ਹੁੰਦੀ ਹੈ, ਸਿੱਲ ਨਾਲ ਹੀ ਕਣਕ ਫੋਟ ਕਰਦੀ ਆਉਂਦੀ ਹੈ, ਔਰ ਇਸ ਦੀ ਫੋਟ ਵੀ ਦੂਜੀਆਂ ਕਣਕਾਂ ਨਾਲੋਂ ਜ਼ਿਆਦਾ ਹੀ ਹੁੰਦੀ ਹੈ। ਔਰ ਇੱਕ ਗੱਲ ਇਹ ਹੈ ਕਿ ਝਾੜ 'ਤੇ ਕੋਈ ਫਰਕ ਨਹੀਂ ਪੈਂਦਾ ਗਾ, ਜੇ ਪਿਛਲੀ ਵਾਰ 50 ਦੂਜੀ ਕਣਕ ਦਊਗੀ ਤਾਂ ਇਹਦੀ 52-53 ਹੀ ਨਿਕਲੂਗੀ, ਵੱਧ ਪਿਛਲੀ ਵਾਰ ਜਿਵੇਂ ਕੀਤਾ ਕਹਿੰਦੇ ਕੀਤਾ ਸੀ ਉਹਦਾ ਕਿਵੇਂ ਰਿਹਾ ਰਿਜ਼ਲਟ? ਹਾਂ, ਉਹਦਾ ਬਹੁਤ ਵਧੀਆ ਰਿਜ਼ਲਟ ਰਿਹਾ ਸੀਗਾ, ਕਿਉਂਕਿ ਉਹਦੇ 'ਚ ਪਿਛਲੀ ਵਾਰ ਉਹ ਕਮ ਸੇ ਕਮ 2-3 ਮਣ ਜ਼ਿਆਦਾ ਹੀ ਨਿਕਲੀ ਸੀਗੀ, ਜੇ ਦੂਜੀਆਂ ਕਣਕਾਂ 50 ਨਿਕਲੀਆਂ ਸੀ ਤਾਂ ਉਹ 52-53 ਨਿਕਲੀ ਸੀ, ਜੇ ਦੂਜੀਆਂ 52-53 ਸੀ ਤਾਂ ਉਹ 55 ਨਿਕਲੀਆਂ ਸੀਗੀਆਂ, ਯਾਨੀ ਕਿ 2-3 ਮਣ ਦਾ ਝੜਦਾ ਵੱਧ ਹੀ ਰਹਿੰਦਾ ਜੀ। ਔਰ ਇਸ ਦਾ ਇੱਕ ਤਾਂ ਹੋਰ ਫਾਇਦਾ ਜੀ, ਨਦੀਨ ਬਹੁਤ ਘੱਟ ਹੁੰਦੇ ਆ ਜੀ, ਜੇ ਨਦੀ, ਪਹਿਲੀ ਗੱਲ ਤਾਂ ਨਦੀਨ ਹੁੰਦੇ ਹੀ ਨਹੀਂ ਗੇ, ਕਿਉਂਕਿ ਪੂਰੀ ਜਿਹੜੀ ਇਹਦੀ ਉਹ ਪਰਾਲੀ ਹੁੰਦੀ ਹੈ ਉੱਪਰ ਆ ਜਾਂਦੀ ਹੈ, ਤਾਂ ਨਦੀਨ ਉੱਗਦੇ ਹੀ ਨਹੀਂ ਗੇ, ਇਕੱਲੀ ਕਣਕ ਹੀ ਹੁੰਦੀ ਹੈ, ਜੇ ਨਹੀਂ ਵੀ ਸਪਰੇਅ ਕਰਨੀ ਤਾਂ ਤੁਹਾਡਾ ਸਪਰੇਅ ਉਹ ਬਚ ਜਾਂਦੀ ਹੈ, ਕਮ ਸੇ ਕਮ 500-700 ਰੁਪਏ ਦਾ ਉਹ ਖਰਚਾ, ਵੱਧ ਤੋਂ ਵੱਧ ਅੱਜ ਤਾਂ ਸਪਰੇਆਂ ਵੀ ਮਹਿੰਗੀਆਂ, 1000 ਰੁਪਏ ਦਾ ਤੁਹਾਡਾ ਉਹ ਖਰਚਾ ਬਚ ਜਾਂਦਾ, ਬਾਕੀ ਜਦੋਂ ਅਸੀਂ ਬੀਜਦੇ ਹਾਂ ਉਹ ਤਾਂ 2-3 ਹਜ਼ਾਰ ਦਾ ਤੁਹਾਡਾ ਫਾਇਦਾ ਹੁੰਦਾ ਹੀ ਹੁੰਦਾ। ਤੀਜੀ ਦੂਜੀ ਗੱਲ ਇਹ ਹੈ ਕਿ ਅੱਗ ਨਹੀਂ ਲੱਗਦੀ, ਕਿਉਂਕਿ ਅੱਜ ਕੱਲ੍ਹ ਪਰਾਲੀ ਦੀ ਸੰਭਾਲ ਲਈ ਅੱਗ ਤਾਂ ਲਾਉਣੀ ਨਹੀਂ ਦਿੰਦੇ ਜੀ, ਦੂਜੀ ਸੰਭਾਲ ਵਾਸਤੇ ਆਪਾਂ ਨੂੰ ਬਹੁਤ ਔਖਾ ਜੀ। ਹਾਂਜੀ, ਜਿਹੜੇ ਤੁਸੀਂ ਇਸ ਵਾਰ ਉਹਨੇ ਕਿੰਨੀ ਕੁ ਜਿਹੜੇ ਏਕੜ ਜਿਹੜੇ ਕਣਕ ਲਾਈ ਹੈ ਅਤੇ ਹੋਰ ਬਣ ਪਿੰਡ 'ਚ ਕਿੰਨੇ ਕੁ? ਹਾਂਜੀ, ਇਸ ਵਾਰ ਮੈਂ ਕਮ ਸੇ ਕਮ 6-7 ਏਕੜ ਲਾਈ ਹੈ, 7 ਏਕੜ ਇਸ ਵਾਰ ਮੇਰੇ ਕੋਲ, ਔਰ ਪਿੰਡ ਵਿੱਚ ਮੈਨੂੰ ਦੇਖਦੇ ਹੋਏ ਹੋਰ ਵੀ ਘਰਾਂ ਨੇ 1-1 ਏਕੜ ਜਾਂ 2-2 ਏਕੜ ਦੀ ਆਪਦੀ ਬਿਜਾਈ ਮਤਲਬ ਇਸ ਵਾਰ ਸ਼ੁਰੂ ਕਰ ਰਹੇ ਆ, ਉਹ ਕਹਿੰਦੇ ਕਿ ਅਸੀਂ ਵੀ ਇਸ ਵਾਰ ਐਕਸਪੈਰੀਮੈਂਟ ਕਰਕੇ ਰੱਖਾਂਗੇ, ਔਰ ਅਗਲੀ ਵਾਰੀ ਮੈਨੂੰ ਉਮੀਦ ਹੈ ਕਿ ਕਮ ਸੇ ਕਮ ਸਾਡੇ ਪਿੰਡ ਦੇ ਵਿੱਚ ਹੀ 100-150 ਏਕੜ ਮਤਲਬ ਮਲਚਿੰਗ ਵਾਲੀ ਹੋ ਜੂਗੀ, ਪਰ ਜੇ ਕੋਈ ਹੋਰ ਕਿਸਾਨ ਦੇਖਣ ਆਊਗਾ ਤਾਂ ਉਹਨੂੰ ਹੋਰ ਉਤਸ਼ਾਹਿਤ ਕਰਾਂਗੇ ਕਿ ਬਾਈ ਮਲਚਿੰਗ ਵਾਲੀ ਕਣਕ ਬੀਜੋ, ਇਹਦੇ ਬਹੁਤ ਫਾਇਦੇ ਆ, ਇਹ ਡਿੱਗਦੀ ਵੀ ਨਹੀਂ ਗੀ, ਇਹ ਕਣਕ ਦਾ ਇਹ ਬਹੁਤ ਵਧੀਆ ਖਾਸੀਅਤ ਰਹਿੰਦੀ ਹੈ ਕਿ ਜਿੰਨੀ ਵੀ ਮਲਚਿੰਗ ਵਾਲੀ ਕਣਕ ਹੈ ਉਹ ਡਿੱਗਦੀ ਨਹੀਂ ਗੀ। ਹਾਂਜੀ, ਕੋਈ ਐਕਸਟਰਾ ਲੇਬਰ ਦਾ ਜਿਵੇਂ ਖਰਚਾ ਕੋਈ ਪਾਏ? ਕੋਈ ਐਕਸਟਰਾ ਦਾ ਐਕਸਟਰਾ ਲੇਬਰ ਦਾ ਕੋਈ ਖਰਚਾ ਨਹੀਂ ਆਉਂਦਾ ਜੀ। ਦੇਖੋ, ਜਿਹੜਾ ਆਪਾਂ ਬੀਜ ਆਪਾਂ ਛੱਟਾ ਦੇਣਾ, ਜੇ ਦੂਜਾ ਵੀ ਆਪਾਂ ਕਹਿ ਸਕਦੇ ਜੇ ਕੇਰ ਕੇ ਬੀਜਦੇ ਹਾਂ ਜਾਂ ਦੂਜੀ, ਉਹ ਵੀ ਪਿੱਛੇ ਇੱਕ ਬੰਦਾ ਤਾਂ ਲਾਉਣਾ ਹੀ ਪੈਂਦਾ ਖਿਲਾਰਨ ਵਾਸਤੇ, ਐਕਸਟਰਾ ਕੋਈ ਲੇਬਰ ਨਹੀਂ ਲੱਗਦੀ, ਕੋਈ ਕੁਛ ਐਕਸਟਰਾ ਨਹੀਂ ਕਰਨਾ ਜੀ, ਸਿਰਫ ਸਿੰਪਲ ਛੱਟਾ ਦੇ ਕੇ ਮਲਚਿੰਗ ਕਰਕੇ ਪਾਣੀ ਲਗਾ ਦੇਣਾ। ਇਹ ਜੀ ਕਿਸਾਨਾਂ ਵੱਲੋਂ ਜ਼ਿਆਦਾਤਰ ਦੇਖਿਆ ਗਿਆ ਪਰਾਲੀ ਦੀ ਹੈ, ਜਾਂ ਜਿਵੇਂ ਗੱਠਾਂ ਨੂੰ ਅੱਗ ਬਣਾਉਣ ਤੋਂ ਬਾਅਦ ਹੀ ਜਿਹੜੀ ਰੇਂਦ ਖੁੰਦ ਰਹਿੰਦੀ ਆ ਉਹਨੂੰ ਵੀ ਅੱਗ ਲਾ ਕੇ ਇੱਕ ਜਿਹੜਾ ਵਾਤਾਵਰਨ ਪ੍ਰਦੂਸ਼ਿਤ ਕੀਤਾ ਜਾਂਦਾ, ਵੀ ਇਹਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ? ਪਰ ਇਹ ਕਿਸਾਨਾਂ ਵੱਲੋਂ ਦੱਸਿਆ ਗਿਆ ਵੀ ਪਿਛਲੇ ਸਾਲ ਵੀ ਅਸੀਂ ਕੀਤਾ ਸੀਗਾ, ਹੁਣ ਵੀ ਅਸੀਂ ਕਰ ਰਹੇ ਹਾਂ, ਸਾਡੇ ਨਾਲ ਜਿਵੇਂ ਐਗਰੀਕਲਚਰ ਦੇ ਅਧਿਕਾਰੀ ਵੀ ਜਿਹੜੇ ਹੈਗੇ ਉਹਨਾਂ ਨੇ ਵੀ ਜਿਹੜੇ ਬਿਜਾਈ
ਤੁਸੀਂ ਦੇਖਿਆ ਹੀ ਹੋਊਗਾ ਕਿ ਮੇਰੇ ਸਰਕਲ ਦੇ ਵਿੱਚ ਬਹੁਤ ਘੱਟ ਨਾ ਮਾਤਰ ਅੱਗ ਲੱਗੀ ਆ। ਇਹੀ ਕਿਸਾਨਾਂ ਨੂੰ ਸ਼ੁਰੂ ਤੋਂ ਸਮਝਾਇਆ ਹੈ ਕਿ ਫਸਲਾਂ ਦੀ ਰਹਿੰਦ ਖੂੰਹਦ ਜਿਹੜੀ ਉਹਨੂੰ ਜ਼ਮੀਨ 'ਚ ਆਪਾਂ ਦਬਾਉਣਾ ਹੈ, ਜ਼ਮੀਨ ਦੀ ਸਿਹਤ ਨੂੰ ਜਿਹੜਾ ਵਧਾਉਣਾ ਹੈ, ਬਰਕਰਾਰ ਰੱਖਣਾ ਹੈ, ਅਤੇ ਅੱਗ ਨਹੀਂ ਲਾਉਣੀ ਪਰਾਲੀ ਨੂੰ। ਆਪਣੀਆਂ ਪਹਿਲਾਂ ਵਿਉਂਤਬੰਦੀ ਕਰਨੀ ਆ ਵੱਖ ਵੱਖ ਤਕਨੀਕਾਂ ਨਾਲ, ਜਿਵੇਂ ਇਹਨਾਂ ਨੇ ਮਲਚਿੰਗ ਕੀਤੀ ਆ, ਜਿੱਥੇ ਗੱਠਾਂ ਬਾਈਦੀਆਂ ਗੱਠਾਂ ਬਣਾ ਲਓ, ਕੁਝ ਹੈਪੀ ਸੀਡਰ ਨਾਲ ਬੀਜਦੇ ਆ, ਕੁਝ ਸੁਪਰ ਸੀਡਰ ਨਾਲ ਬੀਜਦੇ ਆ, ਕਈ ਤਕਨੀਕਾਂ ਆ ਗਈਆਂ। ਯਾਨੀ ਕਿ ਜੇ ਪਰਾਲੀ ਨੂੰ ਆਪਾਂ ਖੇਤ ਦੇ ਵਿੱਚ ਹੀ ਵਾਹਵਾਂਗੇ ਤਾਂ ਜ਼ਮੀਨ ਦੇ ਜਿਹੜਾ ਉਪਜਾਊ ਸ਼ਕਤੀ ਵਧੂਗੀ, ਉਹਦੇ 'ਚ ਸੁਧਾਰ ਹੋਊਗਾ। ਇਹਨਾਂ ਗੱਲਾਂ ਦਾ ਕਰਕੇ ਜਿਹੜੇ ਕਿਸਾਨਾਂ 'ਚ ਇਹ ਜਾਗਰਤੀ ਆਈ ਆ, ਉਹ ਇਸ ਬੰਨੇ ਤੁਰੇ ਆ, ਸੁਪਰ ਸੀਡਰ, ਸਮਾਰਟ ਸੀਡਰ, ਮਲਚਿੰਗ, ਇਹ ਤਕਨੀਕਾਂ ਨਾਲ ਹੁਣ ਜਿਹੜੀ ਆ ਉਹ ਕਰਨ ਲੱਗੇ ਆ, ਅਤੇ ਅੱਗ ਦਾ ਜਿਹੜਾ ਲੱਗਣ ਦਾ ਘਟਿਆ ਅੱਗੇ ਨਾਲੋਂ, ਅਤੇ ਆਉਣ ਵਾਲੇ ਸਮੇਂ 'ਚ ਅਸੀਂ ਜਿਹੜਾ ਬਿਲਕੁਲ ਹੀ ਅੱਗ ਨਹੀਂ ਲੱਗਣ ਦੇਵਾਂਗੇ। ਇਸ ਤਰੀਕੇ ਨਾਲ ਕਈ ਕਿਸਾਨਾਂ ਦਾ ਕਹਿਣਾ ਹੈ ਵੀ ਕਣਕ ਨੂੰ ਕੀੜੀ ਪੈ ਜਾਂਦੀ ਹੈ, ਵੀ ਕੀੜੀ ਲੱਗ ਜਾਂਦੀ ਹੈ, ਕੋਈ ਅਜਿਹਾ ਵੀ ਹੁੰਦਾ ਕੋਈ ਨਹੀਂ? ਵੇਖੋ, ਜੇ ਇਹੋ ਜਿਹੀ ਪ੍ਰੋਬਲਮ ਇਹਨਾਂ ਨੇ ਪਿਛਲੀ ਵਾਰੀ ਵੀ ਤਜਰਬਾ ਕੀਤਾ, ਕੋਈ ਆਈ ਨਹੀਂ, ਜੇ ਮਾੜੀ ਮੋਟੀ ਆ ਜਾਂਦੀ ਆ ਤਾਂ ਉਹਦੇ ਲਈ ਦਵਾਈਆਂ ਹੈਗੀਆਂ, ਆਪਾਂ ਉਹਨਾਂ ਦੀ ਵਰਤੋਂ ਕਰਕੇ ਇਹ ਸਾਰਾ ਪ੍ਰਬੰਧ ਕਰ ਸਕਦੇ ਹਾਂ। ਇਹੋ ਜਿਹੀ ਕੋਈ ਗੱਲ ਨਹੀਂ ਵੀ ਇਹਦੇ ਨਾਲ ਕੋਈ ਨੁਕਸਾਨ ਹੋਊਗਾ, ਇਹ ਵਿਧੀ ਚੰਗੀ ਆ। ਆਪਾਂ ਕੀੜੀ ਕੋਈ ਪ੍ਰੋਬਲਮ ਆਉਂਦੀ ਆ ਉਹਦੇ ਲਈ ਰੋਕਥਾਮ ਅਸੀਂ ਗੇੜਾ ਲਾਉਂਦੇ ਰਹਾਂਗੇ, ਇਹੋ ਜਿਹੀ ਅਜੇ ਤੱਕ ਕੋਈ ਗੱਲ ਨਹੀਂ। ਇਹ ਜੀ, ਜੇ ਕਿਸਾਨ ਉਪਰਾਲਾ ਕਰੇ ਤਾਂ ਕੁਛ ਨਾ ਕੁਛ ਇਹਦੇ ਮਸਲੇ ਹੱਲ ਨਜ਼ਰ ਆ ਸਕਦੇ ਨੇ, ਕਿਉਂਕਿ ਇਹਨਾਂ ਦੱਸਣ ਮੁਤਾਬਕ ਹੈ ਵੀ ਇਸ ਦਾ ਜਿਹੜਾ ਖਰਚਾ ਵੀ ਬਹੁਤ ਘੱਟ ਹੁੰਦਾ, ਵੀ 300-400 ਰੁਪਈਏ ਨਾਲ ਜਿਹੜਾ ਕਣਕ ਜਿਹੜੀ ਇੱਥੇ ਬੀਜੀ ਗਈ, ਇਹਦੇ ਫਾਇਦੇ ਵੀ ਦੱਸਿਆ ਵੀ ਜਿਹੜੀ ਇਹ ਕਣਕ ਡਿੱਗਦੀ ਨਹੀਂ, ਦੂਜਿਆਂ ਨਾਲ ਝਾੜ ਵੀ ਜਿਹੜਾ ਜ਼ਿਆਦਾ ਨਿਕਲਦਾ, ਅਤੇ ਇੱਕ ਅਗੇਤੀ ਕਣਕ ਜਿਹੜੀ ਪਹਿਲਾਂ ਬਿਜਾਈ ਹੋ ਜਾਂਦੀ ਹੈ, ਦੂਜਿਆਂ ਦੀ ਅੱਜ ਤੱਕ ਬਿਜਾਈ ਨਹੀਂ ਹੋਈ ਕਈ ਕਣਕਾਂ ਦੀਆਂ, ਨਾਲ ਜਿਹੜੀ ਖਾਲੀ ਪਈ ਜ਼ਮੀਨਾਂ ਨੇ। ਇਸੇ ਕਰਕੇ ਜੇ ਕਿਸਾਨਾਂ ਵੱਲ ਚਾਹੀਦਾ, ਜੇ ਸਹੀ ਹੁੰਦਾ ਤਾਂ ਇਹ ਤਕਨੀਕ ਜ਼ਰੂਰ ਅਪਣਾਉਣੀ ਚਾਹੀਦੀ ਨੇ। ਚੇਤਨਪੁਰਾ, ਨਿਊਜ਼ 18 ਲਈ ਮਲੋਟ।